ਨਸ਼ਿਆਂ ਖਿਲਾਫ ਸ਼ੁਰੂ ਕੀਤੀ ਗਈ ਮੁਹਿੰਮ ਤਹਿਤ ਜ਼ਿਲ੍ਹਾ ਪੁਲਿਸ ਨੇ ਵੱਡੀ ਸਫਲਤਾ ਹਾਸਲ ਕਰਦਿਆਂ ਹੋਇਆਂ 10,90,000 ਰੁਪਏ ਡਰੱਗ ਮਨੀ ਅਤੇ 70 ਗ੍ਰਾਮ ਹੈਰੋਇਨ ਸਮੇਤ 3 ਸਮਗਲਰਾਂ ਨੂੰ ਕਾਬੂ ਕਰਨ 'ਚ ਸਫਲਤਾ ਹਾਸਲ ਕੀਤੀ ਹੈ। ਪੱਤਰਕਾਰਾਂ ਨਾਲ ਗੱਲਬਾਤ ਦੌਰਾਨ SPD ਰਵਿੰਦਰਪਾਲ ਸਿੰਘ ਸੰਧੂ ਨੇ ਦੱਸਿਆ ਕਿ SSP ਅਮਨੀਤ ਕੌਂਡਲ ਦੇ ਨਿਰਦੇਸ਼ਾਂ ਤਹਿਤ ਨਸ਼ਿਆਂ ਖਿਲਾਫ ਚਲਾਈ ਜਾ ਰਹੀ ਮੁਹਿੰਮ ਦੌਰਾਨ ਮੰਗਲਵਾਰ ਨੂੰ DSP ਰਕੇਸ਼ ਕੁਮਾਰ ਅਤੇ CIA ਇੰਚਾਰਜ ਇੰਸਪੈਕਟਰ ਸ਼ਿਵ ਕੁਮਾਰ ਦੀ ਟੀਮ ਨੇ ਕਮੇਟੀ ਘਰ ਟੀ ਪੁਆਇੰਟ ਨਜ਼ਦੀਕ ਨਾਕਾਬੰਦੀ ਕਰਕੇ 3 ਸਮਗਲਰਾਂ ਨੂੰ ਕਾਬੂ ਕੀਤਾ ਹੈ, ਜਿਨ੍ਹਾਂ 'ਤੇ ਪਹਿਲਾਂ ਵੀ NDPS ਐਕਟ ਤਹਿਤ ਮਾਮਲੇ ਦਰਜ ਨੇ। ਉਹਨਾਂ ਦੱਸਿਆ ਕਿ ਕਾਬੂ ਕੀਤੇ ਗਏ ਕਥਿਤ ਦੋਸ਼ੀਆਂ ਦੀ ਪਹਿਚਾਣ ਪਵਿੱਤਰ ਸਿੰਘ ਵਾਸੀ ਪਟਿਆਲਾ, ਸੰਜੇ ਯਾਦਵ ਵਾਸੀ ਪਾਤੜਾਂ ਅਤੇ ਨਰਿੰਦਰ ਸਿੰਘ ਵਾਸੀ ਫਤਿਹਗੜ੍ਹ ਸਾਹਿਬ ਵਜੋਂ ਹੋਈ ਹੈ। SP ਸੰਧੂ ਨੇ ਦੱਸਿਆ ਕਿ ਸਮਗਲਰਾਂ ਦਾ ਮੁੱਖ ਸਰਗਣਾ ਅਮਰੀਕ ਸਿੰਘ ਵਾਸੀ ਸਰਹੰਦ ਰੋਡ ਪਟਿਆਲਾ, ਜਿਸ ਦੇ ਖਿਲਾਫ ਪਹਿਲਾਂ ਵੀ NDPC ਐਕਟ ਦੇ ਮੁਕੱਦਮੇ ਦਰਜ ਨੇ, ਪੁਲਿਸ ਨੂੰ ਲੋੜੀਂਦਾ ਹੈ। ਉਹਨਾਂ ਦੱਸਿਆ ਕਿ ਅਮਰੀਕ ਸਿੰਘ ਖਿਲਾਫ ਥਾਣਾ ਮਾਲਪੁਰ 'ਚ 8 ਕਿਲੋ ਹੈਰੋਇਨ ਦਾ ਮਾਮਲਾ ਦਰਜ ਹੈ ਅਤੇ ਪੁਲਿਸ ਟੀਮਾਂ ਵੱਲੋਂ ਉਸ ਦੀ ਭਾਲ ਕੀਤੀ ਜਾ ਰਹੀ ਹੈ। ਉਹਨਾਂ ਦੱਸਿਆ ਕਿ ਇਹਨਾਂ ਸਮਗਲਰਾਂ ਕੋਲੋਂ ਪੁਲਿਸ ਨੇ ਇੱਕ ਕਰੇਟਾ ਗੱਡੀ ਵੀ ਬਰਾਮਦ ਕੀਤੀ ਹੈ। ਹੁਸ਼ਿਆਰਪੁਰ ਨਿਊਜ਼ ਦੇ ਨਾਲ ਚੇਤਨ ਕਸ਼ਪ ਦੀ ਰਿਪੋਰਟ। ਨਸ਼ਿਆਂ ਦੇ ਖਿਲਾਫ ਜਿਹੜੀ ਮੁਹਿੰਮ ਛੇੜੀ ਹੋਈ ਹੈ, ਮੈਡਮ ਅਮਨੀਤ ਕੌਂਡਲ ਜੀ IPS, ਉਹਨਾਂ ਦੇ ਦਿਸ਼ਾ ਨਿਰਦੇਸ਼ਾਂ ਹੇਠ ਹੁਸ਼ਿਆਰਪੁਰ ਪੁਲਿਸ ਵੱਲੋਂ ਪੂਰੀ ਨਸ਼ਿਆਂ ਦੇ ਖਿਲਾਫ ਮੁਹਿੰਮ ਛੇੜੀ ਹੋਈ ਹੈ। ਉਹਦੀ ਕਾਮਯਾਬੀ ਸਾਨੂੰ ਉਦੋਂ ਮਿਲੀ ਹੈ ਜਦੋਂ ਸਾਡੇ ਸ਼ਿਵ ਕੁਮਾਰ ਇੰਸਪੈਕਟਰ CA ਇੰਚਾਰਜ, ਇਹਨਾਂ ਨੇ ਨਾਕਾਬੰਦੀ ਕੀਤੀ ਹੋਈ ਸੀ ਕਾਰਪੋਰੇਸ਼ਨ ਟੀ ਪੁਆਇੰਟ ਦੇ ਲਾਗੇ ਸ਼ਹਿਰ ਦੇ ਵਿੱਚ ਹੀ, ਔਰ ਇੱਕ ਕਾਰ ਕਰੇਟਾ ਆਈ ਹੈ ਔਰ 3 ਬੰਦੇ ਉਸ 'ਚੋਂ ਰਾਊਂਡਅਪ ਕੀਤੇ ਗਏ। ਉਹਨਾਂ ਕੋਲੋਂ 70 ਗ੍ਰਾਮ ਹੀਰਨ ਮਿਲੀ ਹੈ ਔਰ 10,90,000 ਡਰੱਗ ਮਨੀ ਮਿਲੀ ਹੈ। ਔਰ ਇਹ ਸਾਰਾ ਜਿਹੜਾ ਓਪਰੇਸ਼ਨ ਸੀਗਾ, ਇਹ ਸਾਡੇ DSP ਡੀ ਰਕੇਸ਼ ਕੁਮਾਰ ਸੁਪਰਵਾਈਜ਼ ਕਰ ਰਹੇ ਸੀਗੇ ਔਰ ਇੰਸਪੈਕਟਰ ਸੁਰਜੀਤ ਸਿੰਘ ਸਾਡੇ ਨਾਰਕੋਟਿਕ ਵਾਲੇ ਹੈਗੇ ਨੇ, ਉਹ ਵੀ ਨਾਲ ਸੀਗੇ। ਔਰ ਬੜੀ ਸੂਝਬੂਝ ਨਾਲ ਜਦੋਂ ਗੱਡੀ ਦੀ ਸਰਚ ਕੀਤੀ ਤਾਂ ਗੱਡੀ 'ਚ ਇੱਕ ਕੈਵਿਟੀ ਬਣਾਈ ਹੋਈ, ਉਹਦੇ ਵਿੱਚੋਂ 10,90,000 ਮਿਲਿਆ। ਔਰ ਜਦੋਂ ਸਾਡੀ ਥੋਰਲੀ ਪੁੱਛਗਿੱਛ ਹੋਈ ਹੈ, ਉਹ ਇਹ ਗੱਲ ਸਾਹਮਣੇ ਆਈ ਹੈ ਵੀ ਇਹ J&K ਗਏ ਸੀਗੇ ਸ਼੍ਰੀਨਗਰ ਔਰ ਉੱਥੋਂ ਇਹ ਹੋਰ ਡਰੱਗ ਲੈਣ ਗਏ ਸੀਗੇ, ਪਰ ਇਹਨਾਂ ਨੂੰ ਕਿਸੇ ਗੱਲੋਂ ਡਰੱਗ ਡੀਲ ਸਿਰੇ ਨਹੀਂ ਚੜ੍ਹੀ ਅਤੇ ਇਕੱਲੇ 70 ਗ੍ਰਾਮ ਹੀ ਲੈ ਕੇ ਆਏ ਆ। ਔਰ ਇਹ ਅੱਗੇ ਹੁਣ ਜਾ ਰਹੇ ਸੀਗੇ ਔਰ ਇਹ ਬੰਦੇ ਸਾਰੇ ਪਟਿਆਲੇ ਏਰੀਏ ਦੇ ਨੇ, ਪਵਿੱਤਰ ਸਿੰਘ, ਸੰਜੇ ਯਾਦਵ ਔਰ ਨਰਿੰਦਰ ਸਿੰਘ, ਇਹ ਸਾਰਾ ਪਟਿਆਲਾ ਡਿਸਟ੍ਰਿਕਟ ਨੂੰ ਬਿਲੋਂਗ ਕਰਦੇ ਨੇ। ਔਰ ਇੱਕ ਅਮਰੀਕ ਸਿੰਘ ਨਾਂ ਦਾ ਬੰਦਾ ਹੈਗਾ ਜਿਨ੍ਹਾਂ ਨੇ ਇਹਨੂੰ, ਉਸ ਬੰਦੇ ਨੇ ਇਹਨਾਂ ਨੂੰ ਭੇਜਿਆ ਸੀ ਲੈਣ ਵਾਸਤੇ, ਉਹ ਮਾਸਟਰ ਮਾਈਂਡ ਹੈ। ਔਰ ਇਹ ਦੱਸਣਾ ਚਾਹਾਂਗਾ, ਅੱਜ ਤੋਂ 5-6 ਮਹੀਨੇ ਪਹਿਲਾਂ 8 ਕਿਲੋ ਹਿਰਨ ਫੋਰਚੂਨ ਵਿੱਚੋਂ ਫੜੀ ਗਈ ਸੀ ਔਰ ਉਹਦੇ ਵਿੱਚ ਵੀ ਉਹ ਅਮਰੀਕ ਸਿੰਘ ਸਾਨੂੰ ਵਾਂਟਡ ਹੈਗਾ ਔਰ ਉਹਦੇ 'ਚ ਇਹ ਉਹੀ ਅਮਰੀਕ ਸਿੰਘ ਆ ਜਿਹਨੇ ਇਹ ਬੰਦੇ ਭੇਜੇ ਆ। ਔਰ ਨੈਟਵਰਕ ਬ੍ਰੇਕ ਹੋਇਆ, ਸਾਨੂੰ ਕਾਮਯਾਬੀ ਮਿਲੀ ਹੈ। ਇਹਨਾਂ ਨੂੰ ਅਸੀਂ ਕੱਲ੍ਹ 4:30 ਵਜੇ ਦੇ ਕਰੀਬ ਇਹਨਾਂ ਨੂੰ ਨਾਕਾਬੰਦੀ ਦੇ ਗ੍ਰਿਫਤਾਰ ਕੀਤਾ ਸੀ, ਅੱਜ ਉਹਨਾਂ ਨੂੰ ਅਦਾਲਤ 'ਚ ਪੇਸ਼ ਕੀਤਾ ਜਾ ਰਿਹਾ, ਪੇਸ਼ ਕਰਕੇ ਰਿਮਾਂਡ ਲੈ ਕੇ ਅਥਾਰਟੀ ਦੀ ਪੁਛਗਿੱਛ ਕੀਤੀ ਜਾ ਰਹੀ। ਪਵਿੱਤਰ ਸਿੰਘ ਔਰ ਸੰਜੇ ਯਾਦਵ, ਇਹਨਾਂ ਦੇ ਕਾਫੀ ਪਰਚੇ ਦਰਜ ਨੇ, 6-6, 7-7 ਪਰਚੇ ਦਰਜ ਨੇ ਔਰ ਦੋਵੇਂ ਸਜ਼ਾ ਵੀ ਇਹਨਾਂ ਨੂੰ ਹੋ ਚੁੱਕੀ ਹੈ 10-10 ਸਾਲ। ਔਰ ਹਾਈਕੋਰਟ ਤੋਂ ਇਹਨਾਂ ਨੂੰ ਜਮਾਨਤ ਮਿਲ ਗਈ ਸੀ, ਇਹਨਾਂ ਨੇ ਰਿਵੀਜ਼ਨ ਪਾਈ ਸੀ, ਉਹ ਬੇਲ 'ਤੇ ਆਏ ਹੋਏ ਨੇ। ਔਰ ਜਿਹੜਾ ਨਰਿੰਦਰ ਸਿੰਘ ਬਾਰੇ ਅਜੇ ਕਲੀਅਰ ਨਹੀਂ ਹੋਇਆ, ਉਹ 'ਤੇ ਕੋਈ ਪਰਚਾ ਹੈ ਕਿ ਨਹੀਂ, ਬਾਕੀ ਤਫਤੀਸ਼ ਹੈ। ਸਰ, ਇਹਨਾਂ ਦੀ ਗੱਡੀ ਅੱਗੇ ਵੀ ਜਦੋਂ ਕਹਿੰਦੇ ਕੋਰਟ 'ਚ ਇਹਨਾਂ ਨੂੰ ਫੜੀ ਸੀਗੀ, ਉਹਨਾਂ ਨੇ ਵੀ ਖੂਫੀਆ ਤਰ੍ਹਾਂ ਨਾਲ ਵੀ ਉਹ ਜਿਹੜੀ ਇਸ ਮੈਡਲ ਪੋਕੇ ਰੱਖੀ ਹੋਈ ਸੀਗੀ, ਇਹਨਾਂ ਦੀ ਗੱਡੀ 'ਚ ਇਹਨਾਂ ਨੇ ਪੈਸੇ ਲੁਕੋ ਕੇ ਰੱਖੇ ਹੋਏ ਸੀ ਔਰ ਗੱਡੀ ਦਾ ਨੰਬਰ ਵੀ ਸਾਨੂੰ ਪਤਾ ਲੱਗਾ ਵੀ ਉਹ ਜਾਲੀ ਹੈਗਾ, ਉਹ ਅਸੀਂ ਉਹਦੀ ਥੋਰਲੀ ਇਨਵੈਸਟੀਗੇਸ਼ਨ ਕਰ ਰਹੇ ਹਾਂ।